ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਆਪਾਂ ਆਏ ਹਾਂ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ, ਓਂਟਾਰੀਓ ਕਨੇਡਾ ਵਿਖੇ। ਸੋ ਇੱਥੇ ਆਪਣੇ ਕੋਈ ਸੱਜਣ ਪਿਆਰੇ ਆਏ ਹੋਏ ਹਨ, ਨਾਲੇ ਉਹਨਾਂ ਨੂੰ ਮਿਲਾਂਗੇ, ਨਾਲੇ ਆਪ ਜੀ ਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਹਾਂ। ਆਓ ਹੁਣ ਚੱਲਦੇ ਹਾਂ ਅੰਦਰ। ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ ਹੋਇਆ ਇਹਨਾਂ ਨੇ, ਦੇਖ ਕੇ ਮਨ ਖੁਸ਼ ਹੋ ਜਾਂਦਾ। ਸਾਹਮਣੇ ਥੱਲੇ ਜੋੜਾ ਘਰ ਅਤੇ ਗੁਰੂ ਘਰ ਲੰਗਰ ਬਣਾਇਆ ਹੋਇਆ, ਅਤੇ ਉੱਪਰਲੇ ਪਾਸੇ ਜੋ ਹੈ ਸੋਹਣਾ, ਬਹੁਤ ਹੀ ਸੋਹਣਾ ਸ਼ਾਨਦਾਰ ਦਰਬਾਰ ਸਾਹਿਬ ਬਣਾਇਆ ਹੋਇਆ ਜੀ। ਆਓ ਹੁਣ ਆਪਾਂ ਅੰਦਰ ਚੱਲ ਕੇ ਦਰਸ਼ਨ ਕਰਦੇ ਹਾਂ, ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਾਂ, ਅਤੇ ਅੱਗੇ ਅੱਗੇ ਜਿੱਦਾਂ ਵੀ ਵਿਚਾਰ ਹੋਏਗੀ ਆਪ ਜੀ ਨੂੰ ਨਾਲ ਦੀ ਨਾਲ ਦੱਸਦੇ ਰਹਾਂਗੇ ਜੀ। ਆਓ ਜੀ ਹੁਣ ਆਪ ਜੀ ਨੂੰ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਹਾਂ ਜੀ। ਚੱਲਦੇ ਹਾਂ ਅੰਦਰ ਜੀ। ਮਾਂਗੋ ਰਾਮ ਤੇ, ਮਾਂਗੋ ਰਾਮ ਤੇ, ਇੱਕ ਦਾਰ ਇੱਕ ਦਾਰ ਇੱਕ ਦਾਰ ਇੱਕ ਦਾਰ ਇੱਕ ਦਾਰ ਇੱਕ ਦਾਰ ਮਾਂਗੋ ਰਾਮ ਤੇ, ਮਾਂਗੋ ਰਾਮ ਜੀ। ਆਪਾਂ ਗੁਰੂ ਘਰ ਦੇ ਕਰ ਲਏ ਦਰਸ਼ਨ, ਹੁਣ ਚੱਲੇ ਹਾਂ ਆਪਾਂ ਓਂਟਾਰੀਓ ਖਾਲਸਾ ਦਰਬਾਰ ਟਿਕਸੀ ਗੁਰੂ ਘਰ। ਵੀਰ ਮਿੱਤਰ ਆਏ ਹੋਏ ਸੀ ਇੰਡੀਆ ਤੋਂ, ਆਪਣੇ ਸ਼ਹਿਰ ਤੋਂ, ਅਤੇ ਉਹ ਵੀ ਨਾਲ ਜਾ ਰਹੇ ਨੇ ਸਾਡੇ, ਘੁੰਮ ਫਿਰ ਕੇ ਫਿਰ ਸ਼ਾਮੀ ਗੁਰਦੁਆਰਾ ਸਾਹਿਬ ਇੱਥੇ ਹੀ ਇਹਨਾਂ ਨੂੰ ਡਰੋਪ ਕਰ ਦਿਆਂਗੇ। ਅਤੇ ਇਹ ਹੈ ਜੀ ਓਂਟਾਰੀਓ ਕਨੇਡਾ, ਇਹੋ ਜਿਹਾ ਮਾਹੌਲ ਹੈ ਜੀ ਤੁਸੀਂ ਦੇਖ ਰਹੇ ਹੋ। ਸਾਰੇ ਜਦੋਂ ਵੀਰ ਭਰਾ ਇਕੱਠੇ ਹੁੰਦੇ ਆ ਅਤੇ ਬਾਹਰ ਘੁੰਮਣਾ ਫਿਰਨਾ, ਗੁਰੂ ਘਰਾਂ ਦੇ ਦਰਸ਼ਨ ਕਰਨ ਦਾ ਬਹੁਤ ਆਨੰਦ ਆਉਂਦਾ ਜੀ। ਲਓ ਹੁਣ ਜੀ ਆਪਾਂ ਪਹੁੰਚ ਗਏ ਹਾਂ ਗੁਰੂ ਘਰ। ਆਓ ਗੁਰਦੁਆਰਾ ਸਾਹਿਬ ਜੀ ਦੇ ਆਪ ਦਰਸ਼ਨ ਕਰਾਉਂਦੇ ਹਾਂ।